ਮਹਾਨ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਜੀਵਨ ਦੇ ਵਿੱਚ ਚਾਰ ਉਦਾਸੀਆਂ ਕੀਤੀਆਂ। ਸਤਿਗੁਰ ਸੱਚੇ ਪਾਤਸ਼ਾਹ ਜਿੱਥੇ ਇੱਥੇ ਪਤਾ ਲੱਗਾ ਕਿ ਇੱਥੇ ਬੰਦਾ ਕੋਈ ਬਹੁਤ ਵਿਗੜਿਆ ਹੋਇਆ, ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਆਪ ਉਸਦੇ ਕੋਲ ਚੱਲ ਕੇ ਗਏ, ਉਸ ਨੂੰ ਸਮਝਾਉਣਾ ਕੀਤਾ, ਉਸ ਨੂੰ ਪਿਆਰ ਦੇ ਨਾਲ, ਉਸ ਨੂੰ ਗੁਰਬਾਣੀ ਦੀ ਵਿਚਾਰ ਦੇ ਨਾਲ ਸਤਿਗੁਰਾਂ ਨੇ ਸਮਝਾਇਆ। ਅਤੇ ਉਹ ਬੰਦਾ ਜਿਹੜਾ ਜਿਹਦੇ ਵਿੱਚ ਔਗਣ ਭਰੇ ਹੋਏ ਸਨ, ਉਹ ਸਤਿਗੁਰਾਂ ਦੇ ਵਿਚਾਰ ਸੁਣ ਕੇ, ਸਤਿਗੁਰਾਂ ਤੋਂ ਗਿਆਨ ਲੈ ਕੇ ਉਹ ਗੁਣਵਾਨ ਹੋ ਗਿਆ ਅਤੇ ਸੰਸਾਰ ਦਾ ਭਲਾ ਕਰਨ ਲੱਗ ਪਿਆ। ਗੁਰੂ ਪਿਆਰਿਓ, ਜਦੋਂ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਹਰਿਦੁਆਰ ਦੀ ਧਰਤੀ 'ਤੇ ਗਏ, ਭਾਈ ਸਾਹਿਬ ਭਾਈ ਮਰਦਾਨਾ ਜੀ ਨਾਲ ਸਨ, ਸ਼ਾਮ ਦਾ ਸਮਾਂ ਹੋਇਆ, ਇੱਕ ਵੈਸ਼ਨੋ ਸਾਧ ਆਪਣੇ ਘਰ ਦੇ ਵਿੱਚ ਉਸਨੇ ਆਪਣੇ ਚੁੱਲ੍ਹੇ ਚੌਂਕੇ ਨੂੰ ਸਾਫ਼ ਸਫਾਈ ਕੀਤੀ। ਉਸ ਵੈਸ਼ਨੋ ਸਾਧ ਨੇ ਲੱਕੜਾਂ ਲਈਆਂ, ਲੱਕੜਾਂ ਦੇ ਉੱਤੇ ਗੰਗਾ ਜਲ ਛਿੜਕਿਆ, ਆਪਣੇ ਚੁੱਲ੍ਹੇ ਨੂੰ ਗਊ ਦੇ ਗੋਹੇ ਦੇ ਨਾਲ ਲਿਪਿਆ, ਗਊ ਮੂਤਰ ਦੇ ਨਾਲ ਉਸਨੂੰ ਪਵਿੱਤਰ ਕੀਤਾ, ਫਿਰ ਉਸਦੇ ਆਲੇ ਦੁਆਲੇ ਕਾਰ ਕੱਢੀ, ਜੋ ਉਸਦੇ ਧਰਮ ਦੇ ਮੁਤਾਬਕ ਸੀ ਉਸਨੇ ਉਹ ਸਾਰਾ ਕਰਮਕਾਂਡ ਕੀਤਾ। ਉਸਨੇ ਮਨ ਵਿੱਚ ਸੋਚਿਆ, ਹੁਣ ਮੇਰਾ ਜਿਹੜਾ ਚੁੱਲ੍ਹਾ ਆ ਇਹ ਬੜਾ ਪਵਿੱਤਰ ਹੋ ਚੁੱਕਾ ਹੈ, ਅਤੇ ਮੈਂ ਹੁਣ ਇਸਦੇ ਉੱਤੇ ਖਾਣਾ ਬਣਾਵਾਂਗਾ ਅਤੇ ਉਹ ਖਾਣਾ ਵੀ ਬੜਾ ਪਵਿੱਤਰ ਹੋਵੇਗਾ। ਗੁਰੂ ਪਿਆਰਿਓ, ਉਸਨੇ ਅੱਗ ਬਾਲੀ ਹੈ ਅਤੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਸੱਚੇ ਪਾਤਸ਼ਾਹ ਨੇ ਭਾਈ ਮਰਦਾਨਾ ਜੀ ਨੂੰ ਆਖਿਆ ਕਿ ਭਾਈ ਮਰਦਾਨਾ ਜੀ, ਉਹ ਸਾਹਮਣੇ ਅੱਗ ਬਲ ਰਹੀ ਹੈ, ਤੁਸੀਂ ਜਾਓ ਉਸ ਅੱਗ ਦੇ ਵਿੱਚੋਂ ਇੱਕ ਜਲਦੀ ਹੋਈ ਲੱਕੜ ਲੈ ਕੇ ਆਓ, ਆਪਾਂ ਵੀ ਅੱਗ ਬਾਲੀਏ, ਆਪਾਂ ਵੀ ਪ੍ਰਸ਼ਾਦਾ ਪਾਣੀ ਤਿਆਰ ਕਰੀਏ। ਗੁਰੂ ਪਿਆਰਿਓ, ਭਾਈ ਸਾਹਿਬ ਭਾਈ ਮਰਦਾਨਾ ਜੀ ਜਦੋਂ ਉਸ ਵੈਸ਼ਨੋ ਸਾਧ ਦੇ ਡੇਰੇ ਗਏ, ਉਹਦੇ ਚੁੱਲ੍ਹੇ ਦੇ ਚੌਂਕੇ ਉੱਪਰ ਗਏ, ਅਤੇ ਭਾਈ ਸਾਹਿਬ ਨੇ ਆਖਿਆ, ਬਾਬਾ ਜੀ ਮੈਨੂੰ ਇੱਕ ਬਲਦੀ ਹੋਈ ਲੱਕੜ ਜਿਹੜੀ ਦੇ ਦਿਓ। ਜਦੋਂ ਸਾਧ ਨੇ ਵੇਖਿਆ ਕਿ ਇਹ ਤਾਂ ਗੁਰੂ ਨਾਨਕ ਮਹਾਰਾਜ ਦੇ ਨਾਲ ਜਿਹੜਾ ਰਹਿੰਦਾ ਆ, ਇੱਕ ਨੀਵੀਂ ਜਾਤ ਵਾਲਾ, ਇਹ ਇੱਕ ਅਛੂਤ ਵਿਅਕਤੀ ਮੇਰੇ ਚੌਂਕੇ ਦੇ ਉੱਤੇ ਆ ਗਿਆ, ਇਸ ਸਾਧ ਨੂੰ ਬੜਾ ਕ੍ਰੋਧ ਚੜਿਆ ਅਤੇ ਇਸ ਨੇ ਆਖਿਆ, ਉਹ ਤੂੰ ਤੇ ਮੇਰੀ ਬੜਿਆਂ ਦੀ ਕੀਤੀ ਹੋਈ ਕਮਾਈ ਭੰਗ ਕਰ ਦਿੱਤੀ, ਮੈਂ ਆਪਣੇ ਚੌਂਕੇ ਚੁੱਲ੍ਹੇ ਨੂੰ ਜਿਹੜਾ ਹੈ ਗੰਗਾ ਜਲ ਦੇ ਨਾਲ ਪਵਿੱਤਰ ਕੀਤਾ ਅਤੇ ਤੇਰਾ ਪਰਛਾਵਾਂ ਮੇਰੇ ਚੌਂਕੇ ਦੇ ਉੱਤੇ ਪੈ ਗਿਆ ਅਤੇ ਸਾਰੇ ਦਾ ਸਾਰਾ ਮੇਰਾ ਚੁੱਲ੍ਹਾ ਚੌਂਕਾ ਜਿਹੜਾ ਅਪਵਿੱਤਰ ਹੋ ਗਿਆ। ਗੁਰੂ ਪਿਆਰਿਓ, ਉਸ ਨੇ ਭਾਈ ਮਰਦਾਨਾ ਜੀ ਨੂੰ ਬਾਅਦ ਘੱਟ ਗੱਲਾਂ ਆਖੀਆਂ, ਕ੍ਰੋਧ ਦੇ ਵਿੱਚ ਬੜੀਆਂ ਕਰੂਰਤਾ ਭਰੀਆਂ ਗੱਲਾਂ ਭਾਈ ਮਰਦਾਨਾ ਜੀ ਨੂੰ ਆਖੀਆਂ ਅਤੇ ਭਾਈ ਮਰਦਾਨਾ ਜੀ ਜਦੋਂ ਨਾ ਗਏ ਅਤੇ ਉਸਨੇ ਇੰਨਾ ਕ੍ਰੋਧ ਉਸਨੂੰ ਆਇਆ ਕਿ ਉਸਨੇ ਇੱਕ ਬਲਦੀ ਹੋਈ ਲੱਕੜ ਚੁੱਲ੍ਹੇ ਵਿੱਚੋਂ ਕੱਢੀ ਅਤੇ ਭਾਈ ਮਰਦਾਨਾ ਜੀ ਦੇ ਪਿੱਛੇ ਪਿੱਛੇ ਦੌੜ ਪਿਆ। ਭਾਈ ਮਰਦਾਨਾ ਜੀ ਅੱਗੇ ਅੱਗੇ ਦੌੜ ਕੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕੋਲ ਆ ਗਏ ਅਤੇ ਸਾਧ ਮਗਰ ਹੀ ਭਾਈ ਮਰਦਾਨਾ ਜੀ ਦੇ ਮਗਰ ਆ ਗਿਆ ਅਤੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਆਖਣ ਲੱਗੇ ਕਿ ਬਾਬਾ ਜੀ ਕੀ ਗੱਲ ਹੋਈ, ਇੰਨੇ ਕ੍ਰੋਧ ਵਿੱਚ ਕਿਉਂ ਹੋ? ਅਤੇ ਇਸ ਵੈਸ਼ਨੋ ਸਾਧ ਨੇ ਆਖਿਆ ਕਿ ਆਹ ਤੁਹਾਡੇ ਨਾਲ ਜਿਹੜਾ ਅਛੂਤ ਰਹਿੰਦਾ ਹੈ, ਤੁਸੀਂ ਆਪਣਾ ਜੀਵਨ ਤਾਂ ਭ੍ਰਿਸ਼ਟ ਕਰ ਲਿਆ ਇਸ ਨੂੰ ਆਪਣੇ ਨਾਲ ਰੱਖ ਕੇ, ਕਿਉਂਕਿ ਉਸ ਸਮੇਂ ਗੁਰੂ ਪਿਆਰਿਓ ਇਹ ਇੱਕ ਸ਼੍ਰੇਣੀ ਦਾ ਮੰਨਣਾ ਸੀ ਕਿ ਸ਼ੂਦਰਾਂ ਨੂੰ ਨਾਮ ਜਪਣ ਦਾ ਹੱਕ ਨਹੀਂ, ਸ਼ੂਦਰਾਂ ਨੂੰ ਜਿਹੜਾ ਹੈ ਉਹ ਮੰਦਰ ਵਿੱਚ ਜਾਣ ਦਾ ਹੱਕ ਨਹੀਂ, ਪਰਮਾਤਮਾ ਦਾ ਨਾਮ ਲੈਣ ਦਾ ਹੱਕ ਨਹੀਂ। ਪਰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਖਿਆ ਸੀ
ਕਿ ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨਕੇ ਸੰਗ ਸਾਥ, ਵੱਡਿਆਂ ਸੋ ਕਿਆ ਰੀਸ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਬਰਾਬਰਤਾ ਦਾ ਦਰਜਾ ਹਰ ਇੱਕ ਮਨੁੱਖ ਨੂੰ ਦਿੱਤਾ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਆਖਿਆ, ਸਾਧ ਜੀ ਇੰਨੇ ਕ੍ਰੋਧ ਵਿੱਚ ਕਿਉਂ ਹੋ? ਤੇ ਸਾਧ ਨੇ ਆਖਿਆ, ਤੁਹਾਡੇ ਨਾਲ ਜਿਹੜਾ ਨੀਚ ਜਾਤ ਦਾ ਰਹਿੰਦਾ ਹੈ, ਇਸ ਨੇ ਮੇਰਾ ਚੁੱਲ੍ਹਾ ਚੌਂਕਾ ਜਿਹੜਾ ਹੈ ਉਹ ਅਪਵਿੱਤਰ ਕਰ ਦਿੱਤਾ ਹੈ, ਤੇ ਇਸ ਨੇ ਮੇਰੀ ਘਾਲ ਕਮਾਈ ਜਿਹੜੀ ਸੀ ਉਹ ਸਾਰੀ ਦੀ ਸਾਰੀ ਅਜਾਈ ਚਲੇ ਗਈ, ਇਸ ਦਾ ਪਰਛਾਵਾਂ ਮੇਰੇ ਉੱਤੇ ਪੈ ਗਿਆ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਮੁਸਕਰਾਏ ਕਿ ਸਾਧ ਜੀ, ਬਾਬਾ ਜੀ, ਤੁਸੀਂ ਪਤਾ ਨਹੀਂ ਕਿੰਨੀ ਵਾਰ ਗੰਗਾ ਦੇ ਵਿੱਚ ਇਸ਼ਨਾਨ ਕੀਤਾ ਹੈ, ਤੁਸੀਂ ਪਤਾ ਨਹੀਂ ਕਿੰਨੀ ਵਾਰ ਮੰਤਰਾਂ ਦਾ ਜਾਪ ਕੀਤਾ ਹੈ, ਤੇ ਇੱਕ ਬੰਦੇ ਦੇ ਪਰਛਾਵੇਂ ਦੇ ਨਾਲ ਤੁਹਾਡਾ ਕੀਤਾ ਹੋਇਆ ਜਾਪ, ਤੁਹਾਡੇ ਕੀਤਾ ਹੋਇਆ ਤਾਪ, ਤੁਹਾਡੇ ਕੀਤੇ ਹੋਏ ਇਸ਼ਨਾਨ ਇਸੇ ਤਰ੍ਹਾਂ ਹੀ ਵਿਅਰਥ ਚਲੇ ਗਏ। ਬਈ ਮਨੁੱਖ ਦਾ ਪਰਛਾਵਾਂ ਪੈ ਗਿਆ ਤੇ ਤੁਹਾਡਾ ਜਿਹੜਾ ਨਾਮ ਜਪਿਆ ਉਹ ਸਾਰੇ ਦਾ ਸਾਰਾ ਚਲਾ ਗਿਆ, ਜਾਂ ਤਾਂ ਤੁਹਾਡਾ ਜਿਹੜਾ ਜਪਿਆ ਹੋਇਆ ਨਾਮ ਹੈ ਉਹ ਕਿਸੇ ਕੰਮ ਦਾ ਨਹੀਂ ਸੀ, ਤਾਂ ਹੀ ਕਰਕੇ ਉਹ ਅਪਵਿੱਤਰ ਹੋ ਗਿਆ। ਨਹੀਂ ਤਾਂ ਮਨੁੱਖ ਦੇ ਪਰਛਾਵੇਂ ਦੇ ਨਾਲ ਇਸ ਤਰ੍ਹਾਂ ਕੋਈ ਅਪਵਿੱਤਰ ਨਹੀਂ ਹੋ ਜਾਂਦਾ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਉਸ ਵੈਸ਼ਨੋ ਸਾਧ ਨੂੰ ਸਮਝਾਉਣਾ ਕੀਤਾ ਤੇ ਦੱਸਿਆ ਕਿ ਜੋ ਮਨੁੱਖ ਭੈੜੇ ਕੰਮ ਕਰਦਾ ਹੈ, ਨੀਚ ਕੰਮ ਕਰਦਾ ਹੈ, ਉਹ ਮਨੁੱਖ ਨੀਚ ਹੁੰਦਾ ਹੈ। ਜਾਤ ਪਾਤ ਕਰਕੇ ਕੋਈ ਨੀਚ ਨਹੀਂ ਹੁੰਦਾ, ਜਾਤ ਪਾਤ ਕਰਕੇ ਕੋਈ ਉੱਚਾ ਨੀਵਾਂ ਨਹੀਂ ਹੁੰਦਾ। ਜਿਹੜਾ ਮਨੁੱਖ ਕੋਈ ਚੰਗੇ ਕੰਮ ਕਰੇ, ਉਹ ਕਿਸੇ ਵੀ ਜਾਤ ਬਰਾਦਰੀ ਦਾ ਹੋਵੇ, ਉਹ ਇਨਸਾਨ ਉੱਚਾ ਹੁੰਦਾ ਹੈ, ਉਹ ਉੱਚੀ ਜਾਤ ਵਾਲਾ ਹੁੰਦਾ ਹੈ। ਜਿਹੜਾ ਮਾੜੇ ਕੰਮ ਕਰੇ ਉਹ ਮਾੜਾ ਹੁੰਦਾ, ਮਾੜਾ ਬੰਦਾ ਆਪਣੇ ਕਰਮਾਂ ਕਰਕੇ ਹੁੰਦਾ, ਜਾਤ ਪਾਤ ਕਰਕੇ ਨਹੀਂ ਹੁੰਦਾ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਉੱਥੇ ਉਸ ਵੈਸ਼ਨਵ ਸਾਧ ਨੂੰ ਗੁਰੂ ਪਿਆਰੇ ਸਮਝਾਇਆ ਸੀ। ਅਤੇ ਮੈਨੂੰ ਮਾਫ ਕਰਨਾ, ਅੱਜ ਸਾਡੇ ਸਿੱਖਾਂ ਦੇ ਵਿੱਚ ਵੀ ਇਹੋ ਜਿਹੀਆਂ ਰੀਤਾਂ, ਇਹੋ ਜਿਹੇ ਵਹਿਮ ਭਰਮ ਸਾਡੇ ਵਿੱਚ ਵੀ ਆ ਗਏ ਕਿ ਅਸੀਂ ਵੀ ਉਹ ਕਰਮ ਕਾਂਡ, ਵਿਪਰਵਾਦੀ ਸੋਚ ਜਿਹੜੀ ਆਪਣੇ ਮਨਾਂ ਵਿੱਚ ਵਸਾ ਕੇ ਕਰ ਰਹੇ ਹਾਂ, ਅਸੀਂ ਆਪਣੇ ਆਪ ਨੂੰ ਵੀ ਸਿੱਖ ਵੀ ਅਖਵਾਉਂਦੇ ਹਾਂ ਅਤੇ ਕਰਮ ਕਾਂਡ ਇਹੋ ਜਿਹੇ ਕਰਦੇ ਹਾਂ ਜਿਹੜੇ ਕਿ ਵਿਪਰ ਵੀ ਨਹੀਂ ਸੀ ਕਰਦੇ। ਜਿਵੇਂ ਅੱਜ ਮੈਂ ਕਈ ਸੱਜਣਾਂ ਨੂੰ ਵੇਖਿਆ, ਗੁਰੂ ਪਿਆਰਿਓ ਉਹਨਾਂ ਨੇ ਅੰਮ੍ਰਿਤ ਵੀ ਛਕਿਆ ਹੁੰਦਾ ਹੈ, ਉਹਨਾਂ ਨੇ ਚੰਗੀ ਦਸਤਾਰ ਸਜਾਈ ਹੁੰਦੀ ਹੈ, ਦਾੜਾ ਪ੍ਰਕਾਸ਼ ਹੁੰਦਾ ਹੈ, ਅਤੇ ਗੁਰੂ ਪਿਆਰਿਓ ਉਹ ਬੰਦੇ, ਉਹ ਗੁਰੂ ਕੇ ਸਿੱਖ ਆਪਣੇ ਨੂੰ ਕਹਾਉਣ ਵਾਲੇ, ਉਹ ਗੁਰੂ ਘਰ ਦੇ ਵਿੱਚੋਂ ਪ੍ਰਸ਼ਾਦ ਤੱਕ ਨਹੀਂ ਲੈਂਦੇ। ਇਹੋ ਜਿਹੇ ਸਾਡੇ ਵਿੱਚ ਪੈਦਾ ਹੋ ਗਏ, ਉਹ ਹੀ ਆਪਣੇ ਆਪ ਨੂੰ ਸਿੱਖ ਹੁੰਦੇ ਨੇ ਪਰ ਗੁਰੂ ਘਰ ਆ ਕੇ ਉਹ ਪ੍ਰਸ਼ਾਦ ਨਹੀਂ ਲੈਂਦੇ, ਗੁਰੂ ਘਰ ਆ ਕੇ ਉਹ ਪ੍ਰਸ਼ਾਦਾ ਤੱਕ ਨਹੀਂ ਛਕਦੇ, ਲੰਗਰ ਤੱਕ ਨਹੀਂ ਛਕਦੇ। ਅਤੇ ਜੇ ਕੋਈ ਬੰਦਾ ਉਹਨਾਂ ਨੂੰ ਆਖਦਾ ਕਿ ਭਾਈ ਸਾਹਿਬ ਜੀ ਆ ਜਲ ਛਕ ਲਓ, ਤਾਂ ਉਹ ਆਖਣਗੇ ਨਹੀਂ ਅਸੀਂ ਇਹ ਜਲ ਵੀ ਨਹੀਂ ਛਕਣਾ। ਕਿਉਂ? ਉਹਨਾਂ ਵਿੱਚ ਹਉਮੈ ਹੰਕਾਰ ਇੰਨਾ ਆ ਗਿਆ ਕਿ ਉਹ ਸੋਚਦੇ ਨੇ ਕਿ ਅਸੀਂ ਸਭ ਤੋਂ ਉੱਚੇ ਹਾਂ ਅਤੇ ਦੂਜਾ ਜਿਹੜਾ ਸਾਨੂੰ ਪਾਣੀ ਦਾ ਗਲਾਸ ਪਿਲਾ ਰਿਹਾ ਇਹ ਨੀਵਾਂ ਹੈ। ਜੇ ਇਹਦਾ ਅਸੀਂ ਪਾਣੀ ਵਾਲਾ ਗਲਾਸ ਅਸੀਂ ਫੜ ਕੇ ਪੀ ਲਿਆ ਤਾਂ ਸ਼ਾਇਦ ਅਸੀਂ ਅਪਵਿੱਤਰ ਹੋ ਜਾਵਾਂਗੇ। ਸਾਡੇ ਵਿੱਚ ਵੀ ਸੋਚ ਭੇਟ ਆ ਗਈ ਕਿੱਥੇ? ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇਹ ਵਹਿਮ ਭਰਮ ਹੋਰਾਂ ਦੇ ਵਿੱਚੋਂ ਕੱਢੇ ਸੀ, ਹੋਰਾਂ ਦੇ ਵਿੱਚੋਂ, ਹੋਰਾਂ ਧਰਮਾਂ ਦੇ ਵਿੱਚੋਂ ਕੱਢੇ ਸੀ। ਅੱਜ ਅਸੀਂ ਆਪਣੇ ਆਪ ਨੂੰ ਧਾਰਮਿਕ ਹੋਣ ਵਾਲੇ ਅਤੇ ਸਾਡੇ ਵਿੱਚ ਵੀ ਗੁਰੂ ਪਿਆਰਿਓ ਇਹ ਵਹਿਮ ਭਰਮ ਆ ਗਏ। ਅਸੀਂ ਮਨਾ ਰਹੇ ਹਾਂ 550 ਸਾਲਾ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ, ਅਤੇ ਸਾਨੂੰ ਲੋੜ ਹੈ ਵੀ ਜੋ ਕੁਰੀਤੀਆਂ ਸਾਡੇ ਵਿੱਚ ਆ ਗਈਆਂ ਉਹਨਾਂ ਕੁਰੀਤੀਆਂ ਨੂੰ ਦੂਰ ਕੀਤਾ ਜਾਵੇ, ਜੋ ਜੋ ਵਹਿਮ ਭਰਮ ਅਸੀਂ ਪਾਲ ਲਏ ਉਹਨਾਂ ਵਹਿਮਾਂ ਭਰਮਾਂ ਵਿੱਚੋਂ ਨਿਕਲੀਏ, ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਪਿਆਰ ਸਾਨੂੰ ਮਿਲੇਗਾ, ਤਾਂ ਸਾਨੂੰ ਉਹਨਾਂ